ਹੁਣ ਨਾ ਦਹੀਂ ਕੱਢ ਕੱਢ ਕੇ ਪਾਈ ਜਾਂਦੇ ਚੌਲਾਂ ਦੇ ਵਿੱਚ, ਮੈਂ ਤੁਹਾਨੂੰ ਦੱਸਦਾ ਕਿਉਂ। ਐਡੀ ਠੋਕ ਕੇ ਮਿਰਚ ਪਾਈ ਹੈ ਨਾ, ਐਡੀ ਲਾਲ ਰੰਗ ਦੀ ਸ਼ਰਟ ਹੈ ਨਾ ਜਿਹੜੀ ਮੇਰੀ, ਬਸ ਉਹ ਜੀ। ਸੋ ਹੈਲੋ ਗਾਇਜ਼, ਗੁੱਡ ਮਾਰਨਿੰਗ, ਮਾਈ ਨੇਮ ਇਜ਼ ਕਿਰਨ ਸਿਨਹਾ, ਵੈਲਕਮ ਬੈਕ ਟੂ ਦਾ ਚੈਨਲ, ਵੈਲਕਮ ਬੈਕ ਟੂ ਦਾ ਨਿਊ ਵਲੌਗ। ਅੱਜ ਹੈ ਤਰੀਕ 24 ਜੁਲਾਈ 2021 ਤੇ ਅੱਜ ਹੋਇਆ ਟਾਈਮ ਵੀਰੇ ਮੇਰੇ ਕੋਲੇ 8:20 ਤੇ ਆਪਾਂ ਜਾਣਾ ਅੱਜ ਆਪਦੇ ਕੰਮ, ਐਂਡ 26 ਜੁਲਾਈ ਮਤਲਬ ਮੰਡੇ ਤੋਂ ਸਕੂਲ ਸਾਡੇ ਸ਼ੁਰੂ ਹੋ ਜਾਏ, ਮਤਲਬ ਫੋਰ ਦਾ ਸਟੂਡੈਂਟ ਆਫ 10th+1 and +2 ਸਕੂਲ ਆਰ ਗੋਇੰਗ ਟੂ ਸਟਾਰਟ। ਆਪਾਂ ਫਿਰ ਚੱਲਦੇ ਹਾਂ, ਕੁਛ ਤਿਆਰੀ ਕਰਦੇ ਹਾਂ ਜੀ। ਵੀਰੇ ਜਿਹੜਾ ਪੈਟਰੋਲ ਹੈ ਉਹ 103 ਰੁਪਏ ਲੀਟਰ ਹੋ ਗਿਆ ਹੈ ਵੀਰੇ। ਹੁਣ ਹਵਾ ਭਰਨ ਵਾਲੀ ਵੀ ਮਸ਼ੀਨ ਹੈ ਜਿਹੜੀ ਆਟੋਮੈਟਿਕ ਹੈਗੀ ਹੈ, ਬੰਦੇ ਨੂੰ ਨੱਪ ਕੇ ਨਹੀਂ ਖੜਨਾ ਪੈਂਦਾ, ਸਿੱਧੀ ਹਵਾ ਭਰੀ ਜਾਂਦੀ। ਤੋ ਹਾਂਜੀ ਭਾਈ ਸਾਹਿਬ, ਹੁਣ ਟਾਈਮ ਹੋਇਆ ਮੇਰੇ ਕੋਲ 8:15 ਸ਼ਾਮ ਦੇ ਹੋ ਚੁੱਕੇ ਆ ਤੇ ਆਪਾਂ ਬੈਠੇ ਵੀਰੇ ਦੁਕਾਨ, ਮੈਂ ਬੈਠਾ ਹੋਇਆ ਐਕਚੁਅਲ ਦੇ ਵਿੱਚ ਸ਼ਾਮ ਦਾ ਦੁਕਾਨ ਤੇ, ਆਲਮੋਸਟ 7 ਵਜੇ ਆਪਾਂ ਬੈਠ ਗਏ ਸੀ, ਕਿਉਂ ਅੱਜ ਹੈਗੀ ਗੁਰਪੂਰਨਿਮਾ ਕਰਕੇ ਆਸ਼ਰਮ 'ਚ ਹੈਗਾ ਪ੍ਰੋਗਰਾਮ, ਰਾਮ ਸ਼ਰਨਮ ਆਸ਼ਰਮ, ਅਸੀਂ ਉਹ ਧਰਮ ਨੂੰ ਮੇਨ ਮੰਨਦੇ ਤੇ ਉੱਥੇ ਹੈਗਾ ਅੱਜ ਪ੍ਰੋਗਰਾਮ ਤੇ ਮੰਮਾ ਤੇ ਪਾਪਾ ਉੱਥੇ ਗਏ ਹੋਏ, ਸੋ ਮੈਂ ਬੈਠਾ ਜੀ। ਵਲੋਗ ਦਾ ਕੁਛ ਇੱਦਾਂ ਦਾ ਸੀਨ ਹੈ ਕਿ ਮੈਂ ਅੱਜ ਸਵੇਰ ਦੀ ਕੋਈ ਜ਼ਿਆਦਾ ਕਲਿੱਪ ਵੀਡੀਓ ਸ਼ੂਟ ਨਹੀਂ ਕੀਤੀ ਕਿਉਂਕਿ ਆ ਸਾਰਾ ਦਿਨ ਆਪਾਂ ਕੰਮ ਕਰਦੇ ਰਹੇ ਸੀਗੇ। ਦੂਜੀ ਗੱਲ ਆਹ ਹੈ ਕਿ ਦੇਰ ਆਰ ਮੈਨੀ 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 ਵਿਊਅਰਸ, ਮਤਲਬ ਮੇਰੇ ਵਾਸਤੇ ਭਾਵੇਂ 40-50 ਉਹੀ ਮੈਨੀ ਹੈ ਮੇਰੇ ਵਾਸਤੇ, ਤਾਂ ਕਾਫੀ ਸਾਰੇ ਜਿਹੜੇ ਵਿਊਅਰਸ ਹੈਗੇ ਦੇ ਵਾਂਟ ਦਾ ਰੈਗੂਲਰ ਵੀਡੀਓਜ਼, ਉਹਨਾਂ ਨੂੰ ਇਹ ਹੈ ਕਿ ਹਰ ਰੋਜ਼ ਇੱਕ ਨਾ ਇੱਕ ਵੀਡੀਓ ਚਾਹੇ ਛੋਟੀ ਹੀ ਹੋਵੇ ਬਟ ਉਹਨਾਂ ਨੇ ਦੇਖੀ, ਇਸ ਕਰਕੇ ਆਪਾਂ ਟਲਦੇ ਨਹੀਂ, ਇਸ ਕਰਕੇ ਆਪਾਂ ਕੁਛ ਨਾ ਕੁਛ ਵੀਡੀਓ ਦਾ ਕੰਟੈਂਟ ਉਹਨਾਂ ਨੂੰ ਜ਼ਰੂਰ ਦੇਵਾਂਗੇ, ਡੋਂਟ ਵਰੀ ਅਬਾਊਟ ਦੈਟ। ਤੇ ਹੁਣ ਕੁਛ ਸੀਨ ਮੇਰੇ ਇਦਾਂ ਦਾ, ਆਪਾਂ ਘਰੇ ਆ ਚੁੱਕੇ ਹਾਂ, ਦੁਕਾਨ ਤੇ ਆਪਣੇ ਬੈਠੇ ਆ ਵੱਡੇ ਭਾਈ ਸਾਹਿਬ, ਤੇ ਆਪਾਂ ਹੁਣ ਖਾਵਾਂਗੇ ਚਾਵਲ ਕਿਉਂਕਿ ਅੱਜ ਬੜੀ ਭੁੱਖ ਲੱਗੀ ਤੇ ਅੱਜ ਸਾਡੇ ਘਰੇ ਬਣੇ ਆ ਵੀਰੇ ਰਾਤ ਨੂੰ ਚਾਵਲ, ਅਤੇ ਨਾਲ ਕੀ ਬੂਈ, ਨਾਲ ਹੈਗੀ ਹੈ ਦਾਲ, ਠੀਕ ਹੈ, ਕੋਫਤਿਆਂ ਦੀ ਸਬਜ਼ੀ ਹੈ, ਨਾਲ ਜਿਹੜੀ ਸਲਾਦ ਆ ਜਿਹੜੀ ਉਹ ਕੱਟੀ ਜਾ ਚੁੱਕੀ ਹੈ, ਮਾਹੌਲ ਹੈ ਜਿਹੜਾ ਹੁਣ ਵਧੀਆ ਹੋ ਚੁੱਕਿਆ, ਭੁੱਖ ਅੱਜ ਜ਼ਿਆਦਾ ਲੱਗੀ ਹੈ। ਅੱਜ ਐਕਚੁਅਲ ਦੇ ਵਿੱਚ ਸਾਡੇ ਯਾਰ ਬੇਲੀ ਵੀ ਨਹੀਂ ਆਏ ਹੈਗੇ, ਕਿਉਂ ਨਹੀਂ ਆਏ ਉਹਦਾ ਰੀਜ਼ਨ ਸਿੰਪਲ ਜਿਹਾ ਹੈਗਾ ਕਿ ਕਿਉਂਕਿ ਜਿਹੜਾ ਇੱਕ ਮਿੰਟ ਯਾਰ ਆ ਟੀਵੀ ਬੰਦ ਕਰੀ ਪਹਿਲਾਂ, ਆ ਟੀਵੀ ਦੀ ਨਾ ਆਪਾਂ ਆਵਾਜ਼ ਕੱਟ ਕਰੀ, ਜਿਹੜਾ ਸਾਡੇ ਕੋਲ ਕਮਰਾ ਹੈਗਾ ਇਕਲੌਤਾ ਕਮਰਾ ਉਹੀ ਹੈ ਜਿਹਦੇ ਵਿੱਚ ਬੈਠ ਕੇ ਸਾਰੀਆਂ ਮਤਲਬ ਮੀਟਿੰਗ। ਹਾਂਜੀ 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 ਦੱਸਦੀ ਸੂਜੀ ਪਾਈ ਆ ਦੁਕਾਨ ਤਾਂ ਵੀਰੇ, ਫਿਰ ਮੈਂ ਤੁਹਾਨੂੰ ਦੱਸੀ ਹੈ ਨਾ ਜਿਹੜੀ ਦੁਕਾਨ ਹੁੰਦੀ ਹੈ ਨਾ, ਦੁਕਾਨ ਦੇ ਵਿੱਚ ਜਿਹੜਾ ਕੰਮ ਕਰਨਾ ਹੁੰਦਾ ਉਹ ਇੰਪੋਰਟੈਂਟ ਹੁੰਦਾ, ਉਹਨਾਂ ਦੁਕਾਨ ਦੇ ਉੱਤੇ ਆਪਣੇ ਵੱਡੇ ਸਪਾਈ ਸਾਹਿਬ ਬੈਠੇ ਆ, ਮਤਲਬ ਉਹਨੂੰ ਕਾਫੀ ਕੀ ਕਿਹੜੀ ਚੀਜ਼ ਤੇਲ ਦੀ ਬੋਟਲ 150 ਰੁਪਇਆ, ਬਸ ਐਵੇਂ ਨਾ ਫਿਰ ਕਈ ਵਾਰ ਵੀ ਉੱਠ ਉੱਠ ਕੇ ਆਪਾਂ ਨੂੰ ਜਾਣਾ ਪੈਂਦਾ, ਕਾਫੀ ਚੀਜ਼ਾਂ ਉਹਨੂੰ ਪਤਾ ਤਾਂ ਹੈ ਬਟ ਮੈਕਸੀਮਮ ਨੰਬਰ ਆਫ ਟਾਈਮਸ ਉਹ ਦੁਕਾਨ ਤੇ ਨਹੀਂ ਹੁੰਦਾ, ਉਹ ਦੁਕਾਨ ਤੇ ਜ਼ਿਆਦਾ ਨਹੀਂ ਪੈਂਦਾ ਕਿਉਂਕਿ ਉਹਦਾ ਆਪਦਾ ਖੁਦ ਦਾ ਕਲੀਨਿਕ ਹੈਗਾ। ਜਿਹੜਾ ਪ੍ਰੋਗਰਾਮ ਸੀਗਾ ਆਸ਼ਰਮ ਦੇ ਵਿੱਚ ਉਹ ਸੀਗਾ 8 ਵਜੇ ਤੋਂ ਲੈ ਕੇ ਆਲਮੋਸਟ 8:15, ਮੈਨੂੰ ਉਮੀਦ ਹੈਗੀ ਹੈ ਕਿ ਮੰਮਾ ਪਾਪਾ ਜਿਹੜੇ ਉਹ 8:30 ਤੱਕ ਆ ਜਾਣ, ਮਤਲਬ ਚਾਵਲ ਬਣੇ ਆਪਾਂ ਤਾਂ ਅੱਜ ਉਹੀ ਖਾਣੇ, ਵਾਧੂ ਜੀ ਵਾਧੂ, ਇੱਕ ਵਾਰੀ ਵਾਧੂ ਚਾਵਲ ਵਾਧੂ। ਆਪਾਂ ਖਾਵਾਂਗੇ ਵੀਰੇ ਆਪਣੇ ਚਾਵਲ ਅਤੇ ਦਾਲ, ਦੇਸੀ ਸਵਾਦਿਸ਼ਟ ਤੇ ਟਿਕਾਊ ਖਾਣਾ ਖਾ ਚੁੱਕੇ ਆਪਾਂ ਚਾਵਲ ਤੇ ਕੰਮ ਹੋ ਗਿਆ ਔਖਾ। ਝੁਕਦੇ ਜੇ ਕਿਉਂ ਕਿਉਂ ਝੁਕਦੇ ਹੋ, ਨਹੀਂ ਹੁਣ ਤਾਂ ਤੁਸੀਂ ਦੇਖ ਗਏ, ਆਹ ਵੇਖੋ ਦੇਖ ਗਏ, ਆਹ ਹੁਣ ਨਾ ਦਹੀਂ ਕੱਢ ਕੱਢ ਕੇ ਪਾਈ ਜਾਂਦੇ ਚੌਲਾਂ ਦੇ ਵਿੱਚ, ਮੈਂ ਤੁਹਾਨੂੰ ਦੱਸਦਾ ਕਿਉਂ। ਐਡੀ ਠੋਕ ਕੇ ਮਿਰਚ ਪਾਈ ਹੈ ਨਾ, ਐਡੀ ਲਾਲ ਰੰਗ ਦੀ ਸ਼ਰਟ ਹੈ ਨਾ ਜਿਹੜੀ ਮੇਰੀ, ਬਸ ਉਹ ਜੀ ਮਿਰਚ ਪਾਈ ਹੈ, ਸਮਝ ਲਓ ਸਾਡੇ ਕੁਛ ਯਾਰ ਦੋਸਤ ਸਹੇਲੀ ਹੈਗੇ ਹੈ ਜਿਹੜੇ ਕਿ ਮੈਂ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ, ਉਹਨਾਂ ਨੂੰ ਮਿਰਚਾਂ ਬੜੀਆਂ ਪਸੰਦ ਨੇ, ਵਾਹ ਸੀ ਬੜਾ ਵਧੀਆ ਸਿਸਟਮ ਸੀਗਾ, ਬਟ ਜਿਹੜੀਆਂ ਮਿਰਚਾਂ ਪਾਈ ਬਸ ਉਹ ਸਮਝ ਲਓ ਕਿ ਉਹ ਬਹੁਤ ਜ਼ਿਆਦਾ ਓਵਰ ਦਾ ਟੌਪ ਕੰਮ ਸੀਗਾ। ਹੁਣ ਆਹ ਜਿਹੜੀਆਂ ਮਿਰਚ ਦੀ ਲਲਕ ਹੈਗੀ ਹੈ ਇਹਨੂੰ ਹੁਣ ਥੋੜ੍ਹਾ ਠੀਕ ਕਰਦੇ ਹੋਏ ਅੰਬ ਖਾਵਾਂ। ਅਤੇ ਹਾਂਜੀ ਵੀਰੇ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੂੰਗਾ ਜਿਹੜੀ ਕਿ ਬਹੁਤ ਇੰਪੋਰਟੈਂਟ ਹੈ, ਲਾਈਟ ਇੱਥੇ ਇਸ ਕਰਕੇ ਮੈਨੂੰ ਇੱਥੇ ਫੋਨ ਆਪਦਾ ਹੋਲਡ ਕਰਨਾ ਪੈ ਰਿਹਾ ਕਿ ਆਹ ਜਿਹੜੇ ਅੰਬ ਹੈਗੇ ਆ ਇਹ ਅੱਜ ਮੈਂ ਖੁਦ ਆਪ ਖਰੀਦ ਕੇ ਲਿਆਇਆ, ਅੱਜ ਸਬਜ਼ੀ ਮੰਡੀ ਗਿਆ ਸੀ ਅਤੇ ਫਿਰ ਉਹ ਤੋਂ ਖਰੀਦ ਕੇ ਲਿਆਇਆ। ਸਬਜ਼ੀ ਮੰਡੀ ਦੇ ਵਿੱਚ ਫੋਨ ਤਾਂ ਲੈ ਕੇ ਗਿਆ ਸੀ ਬਟ ਕੰਮ ਇੰਨਾ ਜ਼ਿਆਦਾ ਸੀ ਕਿ ਆਈ ਵਾਜ਼ ਨਾਟ ਹੈਵਿੰਗ ਦੈਟ ਟਾਈਮ ਟੂ ਸ਼ੂਟ ਦੈਟ। ਮੁੱਦੇ ਦੀ ਗੱਲ ਹੈ ਕਿ ਮਤਲਬ ਐਜ਼ ਏ ਬੋਏ, ਮਤਲਬ ਇਹ ਥੋੜ੍ਹਾ ਜਿਹਾ ਕਈ ਵਾਰੀ ਲੋਕਾਂ ਨੂੰ ਔਖਾ ਹੁੰਦਾ ਕਿ ਸਬਜ਼ੀ ਮੰਡੀ ਜਾਣਾ ਬੱਚਿਆਂ ਨੂੰ ਖਾਸ ਕਰਕੇ, ਬਟ ਸਾਡੇ ਜਿਹੜੇ ਭੂਆ ਸ਼੍ਰੀ ਹੈਗੇ ਉਹਨਾਂ ਨੇ ਸਾਨੂੰ ਟ੍ਰੇਨ ਕੀਤਾ ਹੋਇਆ ਚੰਗੀ ਤਰ੍ਹਾਂ ਵੀ ਕਿਹੜੀ ਚੀਜ਼ ਕਿਵੇਂ ਕਿਵੇਂ ਚੁੱਕ ਕੇ ਲੈਣੀ ਹੈ, ਤਾਂ ਫਿਰ ਆਪਾਂ ਚੁੱਕ ਕੇ ਚੀਜ਼ਾਂ ਲਿਆ। ਫਿਰ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਣਾ ਚਾਹੂੰਗਾ ਕਿ ਆਹ ਵਾਲਾ ਜਿਹੜਾ ਅੰਬ ਹੈਗਾ ਇਹਨੂੰ ਕਹਿੰਦੇ ਆ ਚੋਸਾ ਅੰਬ, ਤੇ ਇਸੇ ਅੰਬ ਨੂੰ ਕਹਿੰਦੇ ਆ ਖੋਤਾ ਅੰਬ। ਸ਼ਾਬਾਸ਼, ਨਾਮ ਵੇਖ ਕੀ ਰੱਖਿਆ ਇਹ ਅੰਬ ਦਾ। ਰੋਟੀ ਖਾਣ ਤੋਂ ਬਾਅਦ ਮੈਂ ਤੁਹਾਨੂੰ ਇੱਕ ਬਹੁਤ ਤਗੜੀ ਚੀਜ਼ ਵਿਖਾਉਣਾ ਚਾਹੂੰਗਾ, ਬਹੁਤ ਜ਼ਿਆਦਾ ਇੰਪੋਰਟੈਂਟ। ਇਹ ਜੀ ਲੇਜ਼ ਹੈ, ਨੋਰਮਲ ਹੈ, 10 ਰੁਪਏ ਵਾਲਾ ਲੇਜ਼ ਹੈ, ਇਹਦੇ ਉੱਤੇ ਵਜ਼ਨ ਲਿਖਿਆ ਹੋਇਆ, ਇਹਦੇ ਉੱਤੇ ਲਿਖਿਆ ਹੋਇਆ ਇਹਦਾ ਵੇਟ ਇਟ ਇਜ਼ 30 ਗ੍ਰਾਮ। ਹੁਣ ਦੇਖਿਓ ਅਸਲ 'ਚ ਇਹਦਾ ਵੇਟ ਕਿੰਨਾ ਹੈ,
40 ਗ੍ਰਾਮ ਇਹਦੇ ਹੈਗੇ ਜੀ 40 ਗ੍ਰਾਮ ਤੇ ਮੈਂ ਇਹਦੇ ਵਿੱਚ ਕਾਫੀ ਸਾਰਾ ਤਾਂ ਖਾ ਵੀ ਲਿਆ। ਦੇਖੋ ਵੀਰੇ ਮੁੱਦੇ ਦੀ ਗੱਲ ਇਹ ਹੈ ਕਿ ਇਹ ਵਾਲੇ ਜਿਹੜੇ ਲੇਸ ਦੀ ਜਿਹੜੀ ਪੈਕਿੰਗ ਹੁੰਦੀ ਹੈ ਇਹ ਹੁੰਦੀ ਹੈ ਫਰੋਮ ਦ ਮਸ਼ੀਨਸ ਬਣ ਗਏ ਆਂਦੇ। ਹੁਣ ਕਈ ਵਾਰੀ ਇਦਾਂ ਹੁੰਦਾ ਹੈ ਕਿ ਜਿਹੜੇ ਜਿੰਨੀ ਅਮਾਉਂਟ ਆਫ ਚਿਪਸ 10 ਵਾਲੇ ਦੇ ਵਿੱਚ ਪਾਣੀ ਚਾਹੀਦੀ ਉਦੋਂ ਪੈ ਜਾਂਦੀ ਜ਼ਿਆਦਾ, ਪਰ ਪੈਕਟ ਬੰਦ ਹੋ ਜਾਂਦਾ, ਫਿਰ ਉਹ ਆਉਂਦਾ ਹੋਲਸੇਲਰਾਂ ਕੋਲ, ਫਿਰ ਉਹ ਆਉਂਦਾ ਰਿਟੇਲਰਾਂ ਕੋਲ, ਫਿਰ ਉਹ ਪਹੁੰਚਦਾ ਸਾਡੇ ਵਰਗੇ ਰਿਟੇਲਰਾਂ ਕੋਲ ਜਿਨ੍ਹਾਂ ਨੇ ਵੇਚਣਾ ਹੁੰਦਾ, ਫਿਰ ਅਸੀਂ ਚੀਜ਼ ਟੋਹ ਲਈਦੀ ਹੈ ਕਿ ਫਿਰ ਤੁਹਾਨੂੰ ਪਤਾ ਹੀ ਆ ਇੰਡੀਅਨ ਬੰਦੇ ਕਹਿ ਜਾਂਦੇ। ਜਿੱਥੋਂ ਤੱਕ ਮੈਨੂੰ ਫੀਲ ਆ ਰਹੀ ਹੈ ਮੰਮਾ ਪਾਪਾ ਆ ਗਏ। ਹੁਣ ਆਪਾਂ ਆਪਦੇ ਇਲਾਕੇ ਦੇ ਵਿੱਚ ਆਪਦੇ ਕਮਰੇ ਦੇ ਵਿੱਚ ਆ ਚੁੱਕੇ ਹਾਂ ਜਿੱਥੇ ਹੁਣ ਆਪਾਂ ਵਲੌਗ ਸ਼ੂਟ ਕਰਾਂਗੇ। 2-3-4 ਗੱਲਾਂ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ, ਸ਼ੂਟ ਨਹੀਂ ਕੀਤੀਆਂ, ਜੋ ਐਕਚੁਅਲ ਦੇ ਵਿੱਚ ਤਗੜੇ ਛੋਟੇ ਛੋਟੇ ਇੰਸੀਡੈਂਟ ਹੋਏ ਆ। ਸਭ ਤੋਂ ਪਹਿਲਾਂ ਤਾਂ ਵੀਰੇ ਆਪਾਂ ਘਰੇ ਆ ਕੇ ਟਿਊਸ਼ਨ ਪੜ੍ਹਾਉਣ ਤੋਂ ਬਾਅਦ ਸਬਜ਼ੀ ਮੰਡੀ ਗਏ, ਉੱਥੋਂ ਸਮਾਨ ਲੈ ਕੇ ਆਏ। ਉਸ ਤੋਂ ਬਾਅਦ ਮੇਨ ਜਿਹੜੀ ਚੀਜ਼ ਆਪਾਂ ਲੈ ਕੇ ਆਏ ਵੀਰੇ, ਥੋੜ੍ਹੇ ਥੋੜ੍ਹੇ ਜਿਹੇ ਕੱਪੜੇ। ਦਿਸ ਇਜ਼ ਮਾਈ ਨਿਊ ਸ਼ਰਟ, ਇਹ ਵਾਲੀ ਵੀਰੇ ਸ਼ਰਟ ਆਪਾਂ ਲੈ ਕੇ ਆਉਂਦੀ ਹੈ। ਅਤੇ ਬਟ ਇੱਕ ਦਿੱਕਤ ਹੈ ਇਹਦੇ ਨਾਲ ਕਿ ਮੈਂ ਤੁਹਾਨੂੰ ਰੀਲਸ ਵਾਂਗੂ ਟ੍ਰਾਂਜੀਸ਼ਨ ਵੀਡੀਓ ਕਰਕੇ ਨਹੀਂ ਦਿਖਾ ਸਕਦਾ। ਪਾ ਕੇ ਤੁਹਾਨੂੰ ਦਿਖਾਊਂਗਾ ਬਟ ਨੋਟ ਨਾ ਪਾ ਕੇ ਤੁਹਾਨੂੰ ਦਿਖਾਵਾਂ ਕਿਸੇ ਵਧੀਆ ਓਕੇਜਨ ਦੇ ਵਿੱਚ। ਹੁਣ ਰਾਤ ਨੂੰ 9:30 ਮੈਂ ਕੱਪੜੇ ਬਦਲ ਕੇ ਐਂ ਕਰਨ ਹੀ ਵਾਲਾ ਹੈਗਾ। ਅਤੇ ਇੱਕ ਵੀਰੇ ਜਿਹੜੀ ਹੁਣ ਜ਼ਿਆਦਾਤਰ ਪੈਂਟ ਚੱਲੀ ਹੋਈ ਹੈ ਬੈਲ ਬੋਟਮ ਵਾਲੀ ਪੈਂਟ ਚੱਲੀ ਹੋਈ, ਠੀਕ ਹੈ, ਬਹੁਤ ਜ਼ਿਆਦਾ ਬੈਲ ਬੋਟਮ ਨਹੀਂ ਹੈਗੀ ਆਪਣੇ ਕੋਲ। ਆਪਾਂ ਲੈ ਗਏ ਹਾਂ ਵੀਰੇ ਸਟਰੇਟ ਫਿੱਟ ਪੈਂਟ, ਲੰਬੀ ਸਾਰੀ ਹੈਗੀ ਹੈ, ਖੁੱਲ੍ਹੇ ਪਹੁੰਚੇ ਵਾਲੀ ਹੈਗੀ ਹੈ, ਠੀਕ ਹੈ, ਜੀਨ ਦੀ ਪੈਂਟ, ਸੋਰੀ ਟੂ ਸੇ ਬਟ ਇਹ ਵੀ ਨਹੀਂ ਅਸੀਂ ਪਾ ਸਕਦੇ। ਹੁਣ ਰਾਤ ਨੂੰ ਮੈਂ ਤੁਹਾਨੂੰ ਪਾ ਪਰ ਮੈਂ ਤੁਹਾਨੂੰ ਇਹ ਚੀਜ਼ ਜ਼ਰੂਰ ਦਿਖਾ ਰਿਹਾ ਕਿ ਮੈਂ ਲੈ ਕੇ ਕੀ ਆਇਆ। ਅਤੇ ਤੀਸਰੀ ਚੀਜ਼ ਆਪਾਂ ਲੈ ਗਏ ਵੀਰੇ ਨਿੱਕਰ। ਅੱਜ ਕੱਲ੍ਹ ਮੈਂ ਨਿੱਕਰਾਂ ਦਾ ਵੈਸੇ ਜ਼ਿਆਦਾ ਸ਼ੌਂਕ ਜਾਗਿਆ ਹੋਇਆ, ਉਹਨੇ ਵੀ ਮੈਂ ਐਕਚੁਅਲ ਦੇ ਵਿੱਚ ਨਿੱਕਰ ਹੀ ਪਾਈ ਵੀਰੇ। ਆਹ ਵਾਲੀ ਜਿਹੜੀ ਨਿੱਕਰ ਹੈ ਇਹ ਆਪਾਂ ਹੁਣੇ ਜਸਟ ਅੱਜ ਹੀ ਲੈ ਕੇ ਆਏ ਅਤੇ ਆਪਾਂ ਅੱਜ ਹੀ ਇਸ ਨਿੱਕਰ ਦਾ ਉਦਘਾਟਨ ਹੈ ਜਿਹੜਾ ਉਹ ਕਰ ਦਿੱਤਾ ਹੈ। ਅਤੇ ਅੱਜ ਜਿਹੜੀ ਦੋਸਤਾਂ ਨਾਲ ਮੀਟਅਪ ਸੀਗੀ ਉਹ ਮੀਟਅਪ ਨਹੀਂ ਹੋ ਪਾਈ, ਇਟ ਵਾਜ਼ ਨਾਟ ਐਗਜ਼ੀਕਿਊਟਡ। ਚਲੋ ਇੰਨਾ ਚੰਗੀ ਗੱਲ ਆ ਕਿ ਦੋਸਤ ਸਾਡੇ ਥੋੜ੍ਹੇ ਜਿਹੇ ਵਧੀਆ ਹੈਗੇ, ਉਹਨਾਂ ਮਤਲਬ ਗਾਲਾਂ ਗੁਲਾਂ ਨਹੀਂ ਕੱਢੀਆਂ, ਉਹਨਾਂ ਨੇ ਸਮਝਿਆ ਸਿਚੁਏਸ਼ਨ ਸਮਝੀ ਅਤੇ ਉਹਨਾਂ ਨੇ ਕਿਹਾ ਚਲੋ ਕੋਈ ਗੱਲ ਨਹੀਂ ਆਪਾਂ ਅੱਜ ਨਹੀਂ ਤਾਂ ਫਿਰ ਕੱਲ੍ਹ ਨੂੰ ਮਿਲ ਲਵਾਂਗੇ। ਓਵੇ ਮਿੱਤਰੋ ਹੁਣ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਅਤੇ ਤਗੜੀ ਚੀਜ਼ ਦਿਖਾਉਣ ਲੱਗਾ। ਪਹਿਲਾਂ ਫਰਿੱਜ ਬੰਦ ਕਰ ਦਈਏ। ਆਹ ਹੈਗੀ ਹੈ ਚੀਜ਼, ਸੇਵੀਆਂ ਮਿੱਠੀਆਂ। ਉਹ ਯਾਰ ਫਰਿੱਜ ਵਿੱਚ ਰੱਖੀਆਂ ਹੋਈਆਂ ਸੀ, ਇਹ ਹੁਣ ਖੁੱਲ੍ਹਦਾ ਨਹੀਂ ਬੈਡ ਪਾ। ਵਾਓ ਵਾਹ ਭਾਈ ਸਾਹਿਬ, ਯੇ ਹੋਤੀ ਹੈ ਬਾਤ ਜੀ। ਵੀਰੇ ਆਪਣੇ ਕੋਲ ਹੁਣ ਆ ਚੁੱਕੀਆਂ ਸੇਵੀਆਂ ਅਤੇ ਹੁਣ ਆਪਾਂ ਆਪਦੀਆਂ ਸੇਵੀਆਂ ਅੱਗੇ ਇੰਜੋਏ ਟੇਸਟ ਕਰਦੇ ਹਾਂ ਆਪਾਂ ਹੁਣ ਕਿੱਦਾਂ। ਓਹੋ ਥੋੜ੍ਹਾ ਹੋ ਲੈਂਦਾ ਸੱਟ, ਚਿਲਡ ਮਿੱਠੀਆਂ ਤਗੜੀਆਂ, ਆਈਸਕ੍ਰੀਮ ਤੋਂ ਵੀ ਜ਼ਿਆਦਾ ਸਿਸਟਮ ਵਧੀਆ। ਚਲੋ ਹੁਣ ਮੈਂ ਆਪਦੀਆਂ ਜਿਹੜੀਆਂ ਸੇਵੀਆਂ ਇੰਜੋਏ ਕਰਦਾ। ਰਾਤ ਨੂੰ ਹੀ ਜਸਟ ਇਸ ਵਲੌਗ ਦਾ ਆਈਡੀਆ ਥੋੜ੍ਹਾ ਜਿਹਾ ਮੈਨੂੰ ਆਇਆ ਸੀ, ਦੈਟਸ ਆਈ ਹੈਵ ਸ਼ਾਟ ਦਿਸ ਫੋਰ ਯੂ ਗਾਇਸ। ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ। ਇਫ ਯੂ ਲਾਈਕ ਦਿਸ ਵੀਡੀਓ ਦੈਨ ਪਲੀਜ਼ ਸ਼ੇਅਰ ਦਿਸ ਵੀਡੀਓ ਟੂ ਯੋਰ ਫਰੈਂਡ ਐਂਡ ਮਾਈ ਨੇਮ ਇਸ ਕੇਨ ਸਨਾਨਾ ਸਾਈਨਿੰਗ ਆਫ ਐਂਡ ਆਈ ਵਿਲ ਸੀ ਯੂ ਇਨ ਮਾਈ ਨੈਕਸਟ ਵੀਡੀਓ। ਬਾਏ ਐਂਡ ਯੂ ਕੀਪ ਸਪੋਰਟਿੰਗ, ਕੀਪ ਸ਼ੇਅਰਿੰਗ ਐਂਡ ਕੀਪ ਲਵਿੰਗ।